ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਫਿਰ ਦਰਸ਼ਕੋ ਸਭ ਤੋਂ ਪਹਿਲਾਂ ਉਹੀ ਅਪੀਲ ਕਿ ਤੁਸੀਂ ਜਿੰਨਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਰਹੀ ਗੱਲ ਅੱਜ ਦੀ ਵੀਡੀਓ ਦੀ ਅੱਜ ਦੀ ਵੀਡੀਓ ਜਿਹੜੀ ਹੈ ਉਹ ਇੱਕ ਇਤਿਹਾਸਕ ਦਿਨ ਔਰ ਇੱਕ ਇਨਕਲਾਬ ਦੇ ਨਾਲ ਸੰਬੰਧਿਤ ਹੈ ਤੁਸੀਂ ਕਹੋਗੇ ਜੀ ਕਿਹਜਾ ਇਨਕਲਾਬ ਅਸਲ ਦੇ ਵਿੱਚ ਅੱਜਕੱਲ ਪੰਜਾਬ ਦੇ ਵਿੱਚ ਬਹੁਤ ਸਾਰੇ ਇਨਕਲਾਬ ਆਉਂਦੇ ਨੇ ਕ੍ਰਾਂਤੀਆਂ ਆਉਂਦੀਆਂ ਨੇ ਜਦੋਂ ਵੀ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆਉਂਦੇ ਨੇ ਉਸ ਦਿਨ ਇਤਿਹਾਸਕ ਦਿਨ ਹੁੰਦਾ ਹੈ ਉਸ ਦਿਨ ਇਨਕਲਾਬ ਆ ਜਾਂਦਾ ਹੈ ਹੁਣ ਦੇਖੋ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਦਿਨਾਂ ਦੀ ਗੱਲ ਕਰਦਾ ਜਦੋਂ ਸ਼ੁਰੂ ਤੋਂ ਤਾਂ ਜਦੋਂ ਪਾਰਟੀ ਆਈ ਹੈ ਉਹਦੀ ਪੰਜਾਬ ਚ ਇਨਕਲਾਬ ਆ ਗਿਆ ਜਦੋਂ ਆਮ ਆਦਮੀ ਪਾਰਟੀ ਆਈ ਉਹਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਇਹਨਾਂ ਦਿਨਾਂ ਚ ਵਿਕਾਸ ਕ੍ਰਾਂਤੀ ਦੀ ਗੱਲ ਕਰ ਰਿਹਾ ਪਹਿਲਾਂ ਵਿਕਾਸ ਕ੍ਰਾਂਤੀ ਗਰਦਾਸਪੁਰ ਆਈ ਹਸ਼ਿਆਰਪੁਰ ਆਈ ਮੈਡੀਕਲ ਕਾਲਜ ਲੈ ਕੇ ਗਰਦਾਸਪੁਰ ਨੂੰ ਲੈ ਕੇ ਜਿਹੜਾ ਹੈ ਬੱਸ ਸਟੈਂਡ ਉਦੋਂ ਆਈ ਉਸ ਤੋਂ ਪਹਿਲਾਂ ਵੀ ਇੱਕ ਕ੍ਰਾਂਤੀ ਆਈ ਉਸ ਤੋਂ ਪਹਿਲਾਂ ਵੀ ਇਨਕਲਾਬ ਆਇਆ ਉਹ ਹੈ ਧੂਰੀ ਦੇ ਵਿੱਚ ਜਦੋਂ ਪੰਜਾਬੀਆਂ ਨੂੰ ਧਾਰਮਿਕ ਸਥਾਨਾਂ ਤੇ ਭੇਜਣ ਲਈ ਤੀਰਥ ਯਾਤਰਾ ਦੀਆਂ ਸਬਧਾਵਾ ਦਿੱਤੀਆਂ ਗਈਆਂ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਗਈ। ਔਰ ਉਸ ਤੋਂ ਪਹਿਲਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕੀਤਾ ਸੀ বাস ਸਟੈਂਡ ਪਟਿਆਲਾ ਉਹਦੇ ਅਦ ਘਟ ਰਵੇ ਉਹ ਵੀ ਇਤਿਹਾਸਕ ਦਿਨ ਸੀ ਉਦੋਂ ਵੀ ਇਨਕਲਾਬ ਆਇਆ ਸੀ। ਸੋ ਇਨਕਲਾਬ ਤਾਂ ਲਗਾਤਾਰ ਉਸ ਤੋਂ ਪਹਿਲਾਂ ਵੀ ਆਇਆ ਸੀ ਜਦੋਂ ਰਜਿੰਦਰ ਹਸਪਤਾਲ ਚ ਇੱਕ ਨਵੀਂ ਮਸ਼ੀਨ ਦਾ ਤਾਂ ਘਾਟਨ ਕੀਤਾ ਸੀ ਮਤਲਬ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੀ ਕੰਮ ਹੋਵੇ ਇੱਕ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਕਿ ਮੁੱਖ ਮੰਤਰੀ ਪੰਜਾਬ ਜਿਹੜੇ ਹੈ ਲੋਕਾਂ ਨੇ ਭਗਵੰਤ ਮਾਨ ਦੇ ਨਾਲ ਦੇ ਵੋਟਾਂ ਪਾਈਆਂ ਸੀ ਲੇਕਿਨ ਭਗਵੰਤ ਮਾਨ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਦਿੱਲੀ ਦਾ ਮੁੱਖ ਮੰਤਰੀ ਜਿਹੜਾ ਹੈ ਨਾ ਉਹ ਕਿਸ ਕਪੈਸਿਟੀ 'ਚ ਹਾਂਜੀ ਸੁਪਰੀਮੋ ਦੀ ਕਪੈਸਿਟੀ 'ਚ ਆਉਂਦੇ ਨੇ ਫਿਰ ਵੀ ਮੰਨਿਆ ਜਾ ਸਕਦਾ ਹੈ ਲੇਕਿਨ ਇਸ਼ਤਿਹਾਰ ਤਾਂ ਇਹ ਕਹਿੰਦੇ ਨੇ ਕਿ ਇਹ ਦਿੱਲੀ ਦੇ ਮੁੱਖ ਮੰਤਰੀ ਹੋਣਗੇ ਔਰ ਮਾਨ ਸਾਹਿਬ ਵੀ ਦਿੱਲੀ ਦੇ ਮੁੱਖ ਮੰਤਰੀ ਕਹਿੰਦੇ ਨੇ ਖੈਰ ਆਪਾਂ ਤਾਂ ਗੱਲ ਹੋਰ ਕਰ ਰਹੇ ਆ ਮੈਂ ਤਾਂ ਗੱਲ ਇਹ ਕਰਨੀ ਹੈ ਕਿ ਜਿਹੜੇ ਇਨਕਲਾਬ ਕੱਲ ਆਇਆ ਹੈ ਨਨਾਨ ਸੂਰ ਲੁਧਿਆਣਾ ਤੇ ਉਹ ਆਇਆ ਹੈ ਕਿ ਹੁਣ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣੇ ਤੁਹਾਨੂੰ ਖੱਜਲ ਖੁਆਰੀ ਤੁਹਾਡੀ ਖਤਮ ਤੁਸੀਂ ਕੀ ਕਰਨਾ ਹੈ ਸਿਰਫ ਇੱਕ ਫੋਨ ਕਾਲ ਕਰਨੀ ਹੈ 1076 ਤੇ ਜਦੋਂ ਤੁਸੀਂ ਫੋਨ ਕਾਲ ਕਰਤੀ ਉਸ ਤੋਂ ਬਾਅਦ ਤੁਹਾਨੂੰ ਪੁੱਛਣਾ ਹੈ ਦੱਸੋ ਜੀ ਤੁਸੀਂ ਕੀ ਚਾਹੁੰਦੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਜੀ ਮੈਨੂੰ ਤਾਂ ਮੈਰਿਜ ਸਰਟੀਫਿਕੇਟ ਚਾਹੀਦਾ ਹੈ ਮੇਰੇ ਮੁੰਡੇ ਦਾ ਉਹ ਕਹਿਣਗੇ ਓਕੇ ਜੀ ਤੁਹਾਨੂੰ ਉਹ ਮਿਲ ਜੇਗਾ ਬੰਦਾ ਸਾਡਾ ਆਏਗਾ ਏਡੀ ਤਰੀਕ ਨੂੰ ਤੁਹਾਨੂੰ ਦੇ ਦੇਗਾ ਇਸ ਤਰ੍ਹਾਂ ਤੁਹਾਨੂੰ ਕੀ ਚਾਹੀਦਾ ਜੀ ਮੈਨੂੰ ਚਾਹੀਦਾ ਬਾਰਡਰ ਏਰੀਆ ਦਾ ਸਰਟੀਫਿਕੇਟ ਮੈਨੂੰ ਚਾਹੀਦਾ ਰੂਰਲ ਏਰੀਆ ਦਾ ਸਰਟੀਫਿਕੇਟ ਮਿਲ ਜੇਗਾ ਜੀ ਤੁਹਾਨੂੰ ਸੋ ਸਾਡੇ ਬੰਦੇ ਆਉਣਗੇ ਉਹ ਤਾਂ ਕਹਿੰਦੇ 4000 ਬੰਦੇ ਲਾਤੇ ਕੰਮ ਤੇ ਉਹਨਾਂ ਨੂੰ ਛੱਡੀ ਦਿੱਤੀ ਕੇਜਰੀਵਾਲ ਸਾਹਿਬ ਨੇ ਔਰ ਨਾਲ ਮਾਨ ਸਾਹਿਬ ਨੇ ਅਜਕਲ ਦੋ ਛੱਡੀਆਂ ਤਿਆਰ ਹੁੰਦੀਆਂ ਨੇ ਤੇ ਉਹ ਫਿਰ ਉਹਨਾਂ ਦਾ ਉਹੀ ਸਟੇਜ ਫੈਕਟਰੀ ਉਹੀ ਸਾਰਾ ਕੁਝ ਹੁਣ ਤਾਂ ਪੱਕੇ ਹੀ ਹੋ ਗਿਆ ਨਾ ਆਏ ਹੱfte ਇੱਕ ਰਾਤੀ ਰੈਲੀ ਹੁੰਦੀ ਹੈ ਔਰ ਬਸਲਾ ਦਿੱਤੀ ਜਾਂਦੀਆਂ ਨੇ 1000 ਤੋਂ ਵੱਧ ਬਸਾ ਕਰ ਲਾਈਆਂ ਸੀ ਪੰਜਾਬ ਰੋਡ 'ਤੇ ਦੀਆਂ ਤੇ ਪੈਸਟਰੋ ਰੋਡ 'ਤੇ ਦੀਆਂ ਉਹ ਬਕਰੀ ਗੱਲ ਹੈ ਲੋਖ ਖੱਜਲਖਵਾਰ ਹੋਣ ਲੋਕਾਂ ਲਈ ਖੱਜਲਖਵਾਰ ਹੋ ਰਹੇ ਨੇ ਜੇ ਤੁਹਾਡੇ ਲਈ ਮਾੜਾ ਮੋਟਾ ਤੰਗ ਪ੍ਰੇਸ਼ਾਨ ਹੁੰਦੇ ਹੋ ਤਾਂ ਫਿਰ ਕੀ ਹੈ ਜੇ ਤੁਹਾਨੂੰ ਬਸਾਂ ਨਹੀਂ ਮਿਲਦੀਆਂ ਜੇ ਬਸ ਸਟੈਂਡ ਦਾ ਸੀਨ ਛਪਾਰ ਦੇ ਮੇਲੇ ਵਰਗਾ ਬਣ ਜਾਂਦਾ ਹੈ ਇਹ ਤੁਹਾਡੇ ਘਰ ਕੀ ਬਸਾਂ ਤੇ ਬੰਦੇ ਢੋਂਦੇ ਨੇ ਉੱਥੇ ਤੇ ਜਿਹੜਾ ਬੰਦਾ ਕੋਈ ਬੋਲਦਾ ਜਿਵੇਂ ਕੱਲ ਉਹ ਸਿੱਖ ਕਤਲੇਆਮ ਵਾਲੇ ਜਿਸ ਤੋਂ ਪਹਿਲੇ ਘਰਾਂ ਚ ਨਜ਼ਰਬੰਦ ਕਰ ਰੋ ਜਾਣੀ ਨਾ ਦੇ ਉੱਥੇ ਤਾਂ ਇਹ ਤਾਂ ਸਾਰੀਆਂ ਗੱਲਾਂ ਆਮ ਹੋ ਗਿਆ ਨੇ ਖਰ ਜਿਹੜੀ ਗੱਲ ਉਹਨਾਂ ਨੇ ਕਿਹਾ ਉਥੇ ਉਹਦੇ ਚ ਇਹ ਕਿਹਾ ਕਿ 43 ਸਰਵਿਸਿਜ਼ ਬਿਲਹਰ ਮਿਲਣਗੀਆਂ ਜਿਹੜੇ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਸੀ ਵੀ 43 ਤੇ ਚਲੋ ਮਾਨ ਸਾਹਿਬ ਕਹਿ ਰਹੇ ਨੇ ਲੇਕਿਨ ਦਿੱਲੀ ਦੇ ਵਿੱਚ ਤਾਂ ਅਸੀਂ ਸਾਰੀਆਂ ਸਰਵਿਸ ਦਿੱਲੀ ਤੋਂ ਜਾਣ ਦੀ ਲੋੜ ਨਹੀਂ ਦਫ਼ਤਰ ਦਫ਼ਤਰ ਤਾਂ ਬੰਦ ਨਹੀਂ ਇਸ ਕਿਸਮ ਦੀ ਗੱਲ ਕਹੀ ਮਾਨ ਸਾਹਿਬ ਕਹਿੰਦੇ ਜੀ ਦੇਖੋ ਇਹ 18 ਜੀ ਸ਼ੁਰੂ ਕੀਤਾ ਸੀ ਮਾਡਲ ਉਹੀ ਲੈ ਕੇ ਆਇਆ ਸੀ ਦਿੱਲੀ ਵਾਲਾ ਤੇ ਦਿੱਲੀ ਦੇ ਮਾਡਲ ਤੇ ਨੂੰ ਅਸੀਂ ਲਾਗੂ ਕਰਤਾ ਇਹ ਕੇਜਰੀਵਾਲ ਸਾਹਿਬ ਦਾ ਮਾਡਲ ਹੈ ਕਿ ਘਰ ਬੈਠੇ ਹੀ ਜਾਨ ਮਾਨਸਾ ਤਾਂ ਅਕਸਰ ਕਹਿੰਦੇ ਨਾ ਸੀ ਕਿ ਸਰਕਾਰ ਕਿਉਂ ਨਾ ਲੋਕਾਂ ਕੋਲ ਜਾਵੇ ਲੋਕ ਕਿਉਂ ਖਜਲਖੁਆਰ ਨੂੰ ਗਲਤ ਉਹਨਾਂ ਦੀ ਸੋਹਣੀ ਲੱਗਦੀ ਹੈ ਬਹੁਤ ਇਹ ਵੀ ਚੰਗੀ ਲੱਗਦੀ ਹੈ ਕਿ ਫੋਨ ਕਾਲ ਕਰੋ ਬੰਦਾ ਤੁਹਾਡੇ ਘਰ ਆਉ ਉਹ ਤੁਹਾਡੀ ਜ਼ਰੂਰਤ ਦੀ ਜਿਹੜੀ ਲੋੜ ਹੈ ਜਿਹੜਾ ਤੁਹਾਡੇ ਸਰਟੀਫਿਕੇਟ ਉਹ ਤੁਹਾਨੂੰ ਦੇ ਜਾਊਗਾ ਪਰ ਉਹਦੇ ਚ ਗੱਲ ਇਹ ਨਹੀਂ ਕਿ ਨਹੀਂ ਹੋ ਸਕਦਾ ਹੋ ਸਕਦਾ ਹੋਵੇਗਾ ਦਿੱਲੀ ਚ ਜੇ ਕਹਦੇ ਨੇ ਹੋ ਰਿਹਾ ਹੁਣ ਜਿਵੇਂ ਫਾਰ ਐਗਜ਼ਾਮਪਲ ਮੌਤ ਦਾ ਸਰਟੀਫੀਕੇਟ ਡੈਥ ਸਰਟੀਫੀਕੇਟ ਉਸ ਤੋਂ ਬਾਅਦ ਜਿਹੜਾ ਤੁਹਾਡਾ ਜਨਮ ਦਾ ਸਰਟੀਫੀਕੇਟ ਹੈ ਮੈਰਿਜ ਦਾ ਸਰਟੀਫੀਕੇਟ ਹੈ ਤੁਹਾਡੀ ਕੋਈ ਰੂਰਲ ਰਿਜਿਸਟਰ ਸਰਟੀਫੀਕੇਟ ਜਿਹੜਾ ਲੋਕਾਂ ਨੂੰ ਹਰੋਜ ਜ਼ਰੂਰਤ ਪੈਂਦੀ ਹੈ ਉਸ ਤਰ੍ਹਾਂ ਦੇ ਸਰਟੀਫੀਕੇਟ ਉਹ ਕਿਵੇਂ ਹੋਣਗੇ ਇਹ ਨਹੀਂ ਹਲੇ ਕਲੀਅਰ ਮੈਂ ਇੰ ਆਮ ਆਦਮੀ ਪਾਰਟੀ ਦੇ ਇੱਕ ਬੰਦੇ ਨੂੰ ਆਪਦੇ ਪ੍ਰੋਗਰਾਮ ਚ ਬੁਲਾਇਆ ਤੇ ਬਾਕੀ ਚਾਰ ਪੋਲਿਟਿਕਲ ਪਾਰਟੀ ਤੋਂ ਹੋਰ ਬੰਦੇ ਬੁਲਾਏ ਤੇ ਇਹ ਪੁੱਛਣ ਲਈ ਵੀ ਲੋਪਾ ਨੂੰ ਆਪਾਂ ਦਸੀਏ ਲੱਗਦਾ ਤਾਂ ਬਹੁਤ ਵਧੀਆ ਨੇ ਪਰ ਕਿਵੇਂ ਹੋਏਗਾ ਜੇ ਹੋਏਗਾ ਤਾਂ ਬਤਾ ਉਹ ਕਹਿੰਦੇ ਜੀ ਫੋਨ ਕਾਲ ਕਰੋਗੇ ਇਹ ਇਹ ਵੀ ਦੱਸ ਦਈਏ ਤੁਹਾਨੂੰ ਸਰਕਾਰ ਦਾ ਨਹੀਂ ਇਹ ਆਊਟਸੋਰਸਿੰਗ ਕੀਤੀ ਹੈ ਕੋਈ ਪ੍ਰਾਈਵੇਟ ਕੰਪਨੀ ਨੇ ਦਿੱਤਾ ਠਿਕਾ ਤੇ ਉਹ ਬੰਦਾ ਤੁਹਾਡੇ ਕੋਲ ਆਏਗਾ 120 ਰੁਪਏ ਫੀਸ ਰੱਖੀ ਆ ਫਰ ਜਿਹੜੇ ਸਵਾਲ ਉੱਠੇ ਉਹਨਾਂ ਦਾ ਜਵਾਬ ਨਹੀਂ ਸੀ ਆਮ ਆਦਮੀ ਪਾਰਟੀ ਦੇ ਬੰਦੇ ਕੋਲ ਹੁਣ ਇੱਕ ਮੈਰਿਜ ਸਰਟੀਫਿਕੇਟ ਚਾਹੀਦਾ ਫਾਰ ਐਗਜ਼ਾਮਪਲ ਮੈਂ ਮੈਰਿਜ ਸਰਟੀਫਿਕੇਟ ਲੈਣਾ ਸੀ ਆਪਦੇ ਬੱਚੇ ਦੇ ਬੇਟੇ ਦੀ ਮੈਰਿਜ ਦਾ ਹਾਲਾਂਕਿ ਤਸਵੀਰਦਾਰ ਮੇਰਾ ਦੋਸਤ ਲੱਗਿਆ ਹੋਇਆ ਸੀ ਇਸ ਦੇ ਬਾਵਜੂਦ ਉਹ ਕਹਿੰਦੇ ਜੀ ਦੇਖੋ ਫਾਰਮੈਟੀ ਤਾਂ ਹੁੰਦੀ ਹੈ ਕਹਿੰਦੇ ਜਾ ਕੇ ਤੁਸੀਂ ਸੇਵਾ ਕੇਂਦਰ ਜਾਓ ਚਲੇ ਗਏ ਤੇ ਐਡਾ ਜ਼ਰੂਰ ਉਹਨੂੰ ਗਾਈਡ ਕਰਤਾ ਬੰਦਾ ਭੇਜਤਾ ਤੇ ਉੱਥੇ ਇੱਕ ਨੰਬਰਦਾਰ ਚਾਹੀਦਾ ਤੇ ਨੰਬਰਦਾਰ ਤਾਂ ਉੱਥੇ ਬੈਠੰਦੇ ਨੇ 500 ਰੁਪਏ ਲੈਂਦੇ ਲਈ ਜੀ ਦੋ ਨੰਬਰਦਾਰ ਪੰਜ-ਪੰਜ ਸੌ ਰੁਪਏ ਫਿਰ ਦੋ ਗਵਾਹ ਫਿਰ ਅਸੀਂ ਆਪ ਜਿਹੜੀ ਕੁੜੀ ਦਾ ਫਾਦਰ ਮੈਂ ਅਸੀਂ ਖੜੇ ਤੇ ਉੱਥੇ ਫੋਟੋਆਂ ਹੋਈਆਂ ਤੇ ਉਸ ਤੋਂ ਬਾਅਦ ਸਰਟੀਫੀਕੇਟ ਜਲਦੀ ਬਣਾ ਕੇ ਉਹਨਾਂ ਨੇ ਦੇਤਾ ਇਹ ਪ੍ਰੋਸੀਜਰ ਹੈ ਹੁਣ ਜਦੋਂ ਇਹ ਕਹਿੰਦੇ ਨੇ ਕਿ ਮੈਰਿਜ ਸਰਟੀਫਿਕੇਟ ਤੁਹਾਨੂੰ ਮਿਲ ਜੂ ਹੁਣ ਆਹ ਕੌਣ ਕਰੂਗਾ ਮਤਲਬ ਉਸ ਗਵਾਹ ਕਿੱਥੇ ਜਾਣਗੇ ਘਰੇ ਹੋਣਗੇ ਜੇ ਘਰੇ ਗਵਾਹ ਨੇ ਨੰਬਰਦਾਰ ਨੂੰ ਕੌਣ ਲੈ ਕੇ ਆਉਂ ਕਿਵੇਂ ਹੋ ਕਿਹੜੇ ਦਿਨ ਹੋ ਜੇ ਨਹੀਂ ਤਾਂ ਇਹਨਾਂ ਦੀ ਗਵਾਹੀ ਖਤਮ ਜੇ ਫੇਰ ਵੀ ਬਾਹਰ ਹੋਣਾ ਹੈ ਮੰਨ ਲਓ ਜੇ ਫੇਰ ਵੀ ਕਿਤੇ ਸੇਵਾ ਕੇਂਦਰ ਜਾਣਾ ਫਿਰ ਘਰ ਚ ਕਿੱਥੋਂ ਆ ਗਿਆ ਬਿਲਕੁਲ ਉਸੇ ਤਰੀਕੇ ਨਾਲ ਹੈ ਜੇ ਰੂਰਲ ਸਰਟੀਫਿਕੇਟ ਲੈਣਾ ਹੈ ਜਾਂ ਕੁਝ ਹੋਰ ਲੈਣਾ ਹੈ ਪਹਿਲਾਂ ਤੁਸੀਂ ਸਰਪੰਚ ਤੋਂ ਲਿਖਾਓਗੇ ਫਿਰ ਆਪਦਾ ਕੋਈ ਰਸ ਕੋਈ ਸਬੂਤ ਦਿਓਗੇ ਉਸ ਤੋਂ ਬਾਅਦ ਜਾ ਕੇ ਮਤਲਬ ਤੁਸੀਂ ਅਗਜਸਟਡ ਆਫੀਸਰ ਜਿਹੜਾ ਹੈ ਉਹਦੇ ਸਵਿਚਨ ਹੋਣਗੇ ਕਿਵੇਂ ਹੋਏਗਾ ਇਹ ਹਲੇ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿਉਂਕਿ ਲੋਕਾਂ ਨੂੰ ਖਾਸੇ ਨਹੀਂ ਕਿ ਇਸ ਤਰ੍ਹਾਂ ਹਾ ਕੈਟਗਰੀ ਰੂਲ ਹੁੰਦੀ ਹੈ ਇਹ ਚ ਕੋਈ ਦੋਰਾਵਾ ਨਹੀਂ ਖਜਲਖੁਆਰੀ ਦਾ ਹਾਲ ਹੀ ਹੈ ਹੁਣ ਮਸਲ ਬੈਂਕ ਬੱਚੇ ਦੇ ਆਪਣੇ ਸਰਟੀਫਿਕੇਟ ਦਾ ਨਾਮ ਬਦਲਾਉਣਾ ਸੀ ਸਿਰਫ ਨਾਮ ਬਦਲਾਉਣ ਪਿੱਛੇ ਪੰਜ ਸੱਤ ਚੱਕਰ ਲੱਗੇ ਬਰੇ ਸੇਵਾ ਕੇਂਦਰ ਚ ਕਦੇ ਆ ਚਾਹੀਦਾ ਕਦੇ ਉਹ ਚਾਹੀਦਾ ਇਹ ਸਾਰੀਆਂ ਗੱਲਾਂ ਤਾਂ ਚਲੋ ਫਿਰ ਵੀ ਬਣ ਸਕਦਾ ਕਿ ਫੋਨ ਤੇ ਲਿਖਾ ਦੇਣਗੇ ਜੀ ਆ ਤੁਹਾਡੇ ਡਾਕੂਮੈਂਟ ਨੇ ਪਰ ਜਿਹੜੇ ਸਰਟੀਫਿਕੇਟ ਉਹਨਾਂ ਨੇ ਕਿਹਾ ਹੁਣ ਡੈਥ ਸਰਟੀਫਿਕੇਟ ਦੀ ਗੱਲ ਕੀਤੀ ਹੈ ਹੁਣ ਡੈਥ ਸਰਟੀਫਿਕੇਟ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਉੱਥੇ ਸਮਸ਼ਾਨ ਘਾਟ ਤੇ ਲਿਖਿਆ ਜਾਂਦਾ ਉਹ ਉਹ ਸਰਟੀਫਿਕੇਟ ਲੈ ਕੇ ਉਹਦੇ ਬਾਅਦ ਸਰਪੰਚ ਦੇ ਮੋਹਰ ਲੱਗਦੀ ਹੈ ਫਿਰ ਉਹ ਪਿੰਡ ਦੇ ਵਿੱਚ ਹੁੰਦਾ ਤੇ ਉਹਦਾ ਦੂਬਾ ਸਰਟੀਫਿਕੇਟ ਇੱਥੇ ਉਹ ਕੰਮ ਕੌਣ ਕਰੂਗਾ ਉਹ ਬੰਦਾ ਆਪ ਕਰਕੇ ਰੱਖੂਗਾ ਉਹੀ ਜਿਹਾ ਕਿ ਸਰਪੰਚ ਦੇ ਲਵਾਉ ਉਹੀ ਕਰੂ ਫਿਰ ਤਾਂ ਤੁਸੀਂ ਤਾਂ ਸਰਟੀਫਿਕੇਟ ਦੇਣਾ ਉਹ ਤਾਂ ਅਦਰਵਾਈਜ਼ ਵੀ ਫਿਰ ਮਿਲ ਜਾਣਾ ਹੁੰਦਾ ਤਾਂ ਇਸ ਕਰਕੇ ਗੱਲ ਕਲੀਅਰ ਕਰਨ ਦੀ ਲੋੜ ਹੈ ਕਿ ਕੀ ਵਿੱਚ ਜਿਹੜੀਆਂ ਸੁਵਿਧਾਵਾ ਮਿਲੀਆਂ ਨੇ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਨੇ ਤੇ ਉਹ ਸ਼ਰਤਾਂ ਬੰਦਾ ਆ ਪੂਰੀਆਂ ਕਰੂ ਜੇ ਤਾਂ ਪੂਰੀਆਂ ਕਰੂਗਾ ਫਿਰ ਤਾਂ ਉਹੀ ਖਚਲ ਖਵਾਰੀ ਹੈ ਜੇ ਅਸੀਂ ਫੋਟੋ ਖਿਚਾਉਣ ਜਾਣਾ ਹੈ ਤੇ ਫਿਰ ਤਾਂ ਉਹ ਵੀ ਸੇਵਾ ਕੇਂਦਰ ਜਾਣਾ ਫਿਰ ਤਾਂ ਸਰਟੀਫਿਕੇਟ ਵੀ ਉੱਥੋਂ ਮਿਲ ਸਕਦਾ ਫਿਰ ਕਿਹੜੀ ਗੱਲ ਹੋਊਗੀ ਤੋ ਇਸ ਤਰੀਕੇ ਨਾਲ ਦੇਖੋ ਦਿੱਲੀ ਮਾਡਲ ਹੈ ਹੋ ਸਕਦਾ ਦਿੱਲੀ ਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਇੱਥੇ ਪੰਜਾਬ ਦਾ ਪਿੰਡਾਂ ਚ ਵਸਦਾ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਫਿਰ ਜੇ ਆਨਲਾਈਨ ਦਾ ਚ ਨੈਟ ਦੀ ਵੀ ਪ੍ਰੋਬਲਮ ਆ ਸਕਦੀ ਹੈ ਬਹੁਤ ਕੁਝ ਹੋ ਸਕਦਾ ਤੇ ਵੈਸੇ ਕੱਲ ਇੱਕ ਬਦਲਬਦਲ ਦੱਸਿਆ ਭਾਰਤੀ ਜਨਤਾ ਪਾਰਟੀ ਦਾ ਅਸੀਂ ਹੋ ਸਕਦਾ ਝੂਠ ਵੀ ਹੋ ਸਕਦਾ ਕਹਿੰਦੇ ਜੀ ਮੈਂ ਫੋਨ ਕੀਤਾ ਉਹ ਉਹ ਗੈਨਰੇਜੇ ਤੁਸੀਂ ਲਾਈਨ ਤੇ ਰਹੋ ਦੋ ਵਾਰ ਬੀਜਕ ਬਾਦਰਿਆ ਕੋਈ ਲਾਈਨ ਤੇ ਨਹੀਂ ਕੋਈ ਨਹੀਂ ਆਇਆ ਹੁਣ ਇਹ ਵੀ ਪ੍ਰੋਬਲਮ ਰਹੂਗੀ WhatsApp ਜਦੋਂ ਕਾਲ ਦਾ ਸੀ ਨਾ ਤੁਸੀਂ ਆ ਨੰਬਰ ਲਓ ਜੇ ਤੁਹਾਨੂੰ ਕੋਈ ਕ腐ਪਸ਼ਨ ਹੁੰਦੀ ਹੈ ਉਹ ਕਿੰਨਾ ਕੁ ਸਫਲ ਹੋਇਆ ਕੀ ਕ腐ਪਸ਼ਨ ਬੰਦ ਹੋਗੀ ਇਹ ਤਾਂ ਤੁਸੀਂ ਦੱਸਣਾ ਤੁਹਾਡੇ ਸਾਹਮਣੇ ਹੈ ਬਿਲਕੁਲ ਇਸੇ ਤਰੀਕੇ ਕੁਝ ਖੱਦ ਸੇ ਨਹੀਂ ਜੇ ਸੱਚਮੁੱਚ ਇਸਰ ਹੋਂ ਲੱਗਿਆ ਦੇਖੋ ਹੋਸਾ ਤਾਂ ਲੇਕਿਨ ਹੁਣ ਜਵੇ ਪੁਲਿਸ ਦੀ ਵੈਰੀਫਿਕੇਸ਼ਨ ਹੁੰਦੀ ਹੈ ਪਾਸਪੋਰਟ ਦੀ ਉਹ ਘਰ ਆਉਂਦਾ ਤੇ ਉਹ ਪਹਿਲਾਂ ਦੱਸ ਦਿੰਦੇ ਜੀ ਦੋ ਗਵਾਂਡੀਆਂ ਨੂੰ ਬੁਲਾ ਕੇ ਲਿਆਓ ਫਿਰ ਤੁਸੀਂ ਇਹ ਜਾਓ ਤੇ ਇਹਦੀਆਂ ਫੋਟੋਕਾਪੀਆਂ ਕਰਾ ਕੇ ਲਿਆਓ ਆਧਾਰ ਕਾਰਡ ਦੀਆਂ ਉਹ ਸਾਰਾ ਕੁਝ ਤੁਸੀਂ ਰੱਖੋਗੇ ਫਿਰ ਦੋ ਗਵਾਂਡੀਆਂ ਦੇ ਆਧਾਰ ਕਾਰਡ ਜਿਹੜੇ ਗਵਾਹ ਨੇ ਉਹਨਾਂ ਦੇ ਆਧਾਰ ਕਾਰਡ ਦੀਆਂ ਕਾਪੀਆਂ ਪੁਲਿਸ ਵਾਲਾ ਤਾਂ ਬੈਠਾ ਚਾਹ ਪੀ ਰਿਹਾ ਹੁੰਦਾ ਤੁਸੀਂ ਇਹ ਸਾਰਾ ਕੰਮ ਕਰਾਉਣੇ ਹੋ ਉਹਦੂ ਬਾਦ ਉਹ ਲਿਖ ਕੇ ਲੈ ਕੇ ਅਫੀਰ ਰਿਪੋਰਟ ਭੇਜਦਾ ਤੇ ਹੁਣ ਇੱਥੇ ਜਿਹੜੀ ਪੁਲਿਸ ਰਿਪੋਰਟ ਕਿਵੇਂ ਇਸ ਤਰ੍ਹਾਂ ਹੋਊਗੀ ਨਾ ਫਿਰ ਖਜ਼ਨਖਵਾਰੀ ਦਾ ਕੀ ਹੋਈ ਇਹਦੇ ਚ ਕੀ ਕੀ ਬਚਿਆ ਜਿਹੜਾ ਇਹ ਜਿਹੜੀ ਪ੍ਰਾਈਵੇਟ ਕੰਪਨੀ ਨੇ ਦਿੱਤਾ ਹੈ 120 ਰੁਪਏ ਜਾਂ ਪਤ 30 ਰੁਪਏ ਇਹ ਵੀ ਹਲੇ ਕਲੀਅਰ ਹੋਣੇ ਨੇ ਤੇ ਉਹ ਉਹ ਤੋਂ ਲੋਕਾਂ ਨੂੰ ਕੀ ਫਾਇਦਾ ਹੋਣਾ ਇਹ ਸਾਰੀਆਂ ਗੱਲਾਂ ਹਲੇ ਕਲੀਅਰ ਹੋਣਗੀਆਂ ਪਰ ਜੇ ਸੱਚਮੁੱਚ ਇਹ ਹੈ ਇਹ ਮੈਂ ਕੋਈ ਕ੍ਰਿਟਿਸਿਜ਼ਮ ਨਹੀਂ ਲਈ ਦੀ ਕਰ ਰਿਹਾ ਕਿ ਸਰਕਾਰ ਦਾ ਕੋਈ ਜੇ ਇਹ ਸੱਚਮੁੱਚ ਇਸ ਤਰ੍ਹਾਂ ਹੋਏਗਾ ਬਹੁਤ ਵਧੀਆ ਫਿਰ ਤਾਂ ਸੱਚ ਵਿੱਚ ਇਨਕਲਾਬ ਆ ਵੈਸੇ ਤਾਂ ਜਦੋਂ ਵੀ ਕੇਜਰੀਵਾਲ ਸਾਹਿਬ ਹੁੰਦੇ ਨੇ ਇੱਕ ਇਨਕਲਾਬ ਆਉਂਦਾ ਹੈ ਤੇ ਇਹ 75 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਹ ਵੀ ਗੱਲ ਹੁੰਦੀ ਹੈ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਇਹ ਵੀ ਗੱਲ ਹੁੰਦੀ ਹੈ ਔਰ ਜੇਵਾਲ ਸਾਹਿਬ ਹੁੰਦੇ ਨੇ ਅੱਜ ਤੱਕ ਇਹਨੂੰ ਪੜਾ ਇਤਿਹਾਸਕ ਹੈ ਪਰ ਇਸੇ ਕਰਕੇ ਮੈਂ ਕਹਿੰਦਾ ਕਿ ਹਰ ਰੋਜ਼ ਕੁਝ ਨਾ ਕੁਝ ਹੁੰਦਾ ਦਰ ਇਹਦਾ ਬਤਰਾ ਹਰ ਰੋਜ਼ ਦਿਨ ਇਤਿਹਾਸਕ ਨੇ ਪਰ ਜਦੋਂ ਤਸਵੀਰ ਬਦਲੂ ਪੰਜਾਬ ਦੀ ਤੇ ਲੱਗੂਗਾ ਪੰਜਾਬ ਰੰਗਲਾ ਹੋ ਗਿਆ ਤੇ ਫਿਰ ਅਸੀਂ ਦੋੜ ਖਾਂਗੇ ਕਿ ਸੱਚਮੁੱਚ ਹੀ ਇਹ ਇਨਕਲਾਬ ਆ ਗਿਆ ਨਾਰੇ ਤਾਂ ਬਹੁਤ ਵਧੀਆ ਲੱਗਦੇ ਨੇ ਉੱਚੀ ਵੀ ਲੱਗਦੇ ਨੇ ਵੀਰ ਦਾਰੇ ਲਾਓ ਇਨਕਲਾਬ ਜਿੰਦਾਬਾਦ ਆਪਾਂ ਵੀ ਨਾਰਾ ਲਾਉਣੇ ਆ ਇਨਕਲਾਬ ਜਿੰਦਾਬਾਦ ਮਿਲਦੇ ਹਾਂ ਕੁਝ ਹੋਰ ਨਵੀਂ ਵੀਡੀਓ ਨਾਲ ਅਜੇ ਡਾਈ ਤੁਹਾਡਾ